ਜਲਦੀ ਦੇ ਨਾਲ ਹੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਬਿੱਲਾ ਗਗੜੇ ਵਾਲਾ ਕਹਿੰਦੇ ਹੈਲੋ। ਹਾਂਜੀ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਗਿੱਲ ਇਹਨਾਂ ਦੇ ਪਰਿਵਾਰ ਵੱਲੋਂ 15,000 ਰੁਪਇਆ ਟੂਰਨਾਮੈਂਟ ਦਿੱਤਾ ਗਿਆ ਜੀ। ਟੂਰਨਾਮੈਂਟ ਕਪਟੀਨ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜੀ। ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੜਾ ਫਸਵਾਂ ਮੁਕਾਬਲਾ। ਆਹ ਮੈਚ ਨੂੰ ਥੋੜਾ ਟਾਈਮ ਵੱਧ ਦੇ ਦਿਓ ਜੀ, 7.5-8 ਪੁਆਇੰਟ ਕਰ ਦਿਓ। ਲਓ ਭਿੰਡਰ ਤੇ ਪੰਜ ਗਰਾਈਂ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਇਸ ਵੇਲੇ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ। ਲੈ ਵੀ ਪਿੱਲਿਆ ਹੱਥ ਖੜਾ ਕਰ ਵੀ ਨੌਜਵਾਨਾਂ। ਬਿੱਲਾ ਗਗੜੇ ਵਾਲਾ ਕਹਿੰਦੇ ਇਸ ਸਾਲ ਪੂਰੇ ਯੂਰਪ ਦੇ ਖੇਡ ਮੈਦਾਨਾਂ ਦਾ ਪਹਿਲੇ ਨੰਬਰ ਦਾ ਜਾਫੀ ਰਿਹਾ। ਜੱਗੇ ਦਿਓਲ ਤੇ ਆਸਟ੍ਰੇਲੀਆ ਆਸਟ੍ਰੀਆ ਵਾਲੇ ਚਮਕੀਲੇ ਹੋਣਾ ਦੀ ਟੀਮ ਵੱਲੋਂ ਖੇਡਿਆ। ਅੱਜ ਮੋਗੇ ਦੀ ਟੀਮ ਦੇ ਲਈ ਚੰਨੇ ਭੇਟਾਂ ਵਾਲੇ ਨੇ ਤੇ ਜੱਸੇ ਪਰਸਰਾਮਪੁਰੀ ਨੇ ਖੇਡਣਾ ਸੀ, ਪਰ ਨੌਜਵਾਨ ਪਿੰਦਰ ਚਮਿਆਰੇ ਵਾਲੇ ਦੇ ਫਾਦਰ ਸਾਹਿਬ ਦੀ ਡੈਥ ਹੋਣ ਕਾਰਨ ਮੇਰੇ ਵੀਰੋ ਉਹ ਖਿਡਾਰੀ ਨਹੀਂ ਪੁੱਜ ਸਕੇ। ਪਿਛਲੇ ਦਿਨੀ ਜੀਵਨ ਮਾਣੂਕੇ ਵਾਲੇ ਦੇ ਫਾਦਰ ਸਾਹਿਬ ਦੀ ਡੈਥ ਹੋਈ, ਉਹ ਵੀ ਮੇਰੇ ਵੀਰੋ ਉਸ ਪਰਿਵਾਰ ਨੂੰ ਵੱਡਾ ਘਾਟਾ ਪਿਆ। ਸਾਰਾ ਕਬੱਡੀ ਦਾ ਜਗਤ ਜਿਹੜਾ ਉਸ ਪਰਿਵਾਰ ਦੇ ਨਾਲ ਦੁੱਖ ਪ੍ਰਗਟਾ ਰਿਹਾ ਹੈ। ਜਲਦੀ ਦੇ ਨਾਲ ਹੀ ਰੇਸ਼ਮ ਜੀ ਮੈਚ ਜਿਹੜਾ ਸ਼ੁਰੂ ਕਰ ਦਿਓ। ਇੱਕ ਪਾਸੇ ਪੰਜ ਗਰਾਈ ਸ਼ੇਰਬਾਜ ਸਿੰਘ ਬਾਜਾ ਮੱਲਣ ਵਾਲਾ, ਲੈ ਵੀ ਬਾਜਾ ਦੱਸੀ ਵੀ ਕਿੰਨਾ ਟਾਈਮ ਹੋਇਆ ਖੇਡਦੇ ਨੂੰ। ਕਬੱਡੀ ਨੌਜਵਾਨਾਂ ਹੈ ਬਾਜਾ ਦੱਸ ਵੀ ਨੌਜਵਾਨਾਂ ਕਿੰਨਾ ਟਾਈਮ, 23 ਸਾਲ ਹੋ ਗਏ ਬਾਜੇ ਮੱਲਣ ਵਾਲੇ ਨੂੰ ਕਬੱਡੀ ਖੇਡਦੇ ਨੂੰ ਮੇਰੇ ਵੀਰੋ। ਇੱਕ ਵਾਰੀ ਤਾੜੀ ਮਾਰ ਦਿਓ ਲੰਬੀ ਪਾਰੀ ਦਾ ਘੋੜਾ। 23 ਸਾਲ ਕਬੱਡੀ ਖੇਡਣੀ ਮੇਰੇ ਵੀਰੋ, ਇਹ ਪੱਟਾਂ 'ਚ ਜਾਣ ਚਾਹੀਦੀ ਹੈ, ਫੇਰ ਹੀ ਖੇਡੀ ਜਾਂਦੀ ਹੈ ਕਬੱਡੀ। ਲਓ ਨਿੰਦੂ ਇੰਦਗੜੀ ਇਸ ਵੇਲੇ ਕਬੱਡੀ ਪਾ ਰਿਹਾ, ਔਰ ਦੂਜੇ ਪਾਸੇ ਰਮਨ ਹਰਮਨ ਨੌਜਵਾਨ ਗੱਭਰੂ ਇਸ ਵੇਲੇ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ, ਪੁਆਇੰਟ ਨਿੰਦੂ ਇੰਦਗੜੀ ਨੇ ਆਪਣੀ ਟੀਮ ਦੇ ਲਈ ਜੋੜਿਆ। ਆਹ ਖਿਡਾਰੀ ਕਹਿੰਦੇ ਕੈਨੇਡਾ ਵੀ ਖੇਡ ਆਇਆ ਤੇ ਪੰਜਾਬ ਦੇ ਮੇਲਿਆਂ ਤੇ ਵੀ ਤਕੜਾ ਖੇਡਦਾ ਹੈ। ਇਹ ਹੈ ਗੋਲੂ ਪੰਜ ਗਰਾਈ ਵਾਲਾ ਮੇਰੇ ਵੀਰੋ। ਕੋਈ ਗੋਲੂ ਕਹਿੰਦਾ ਹੈ, ਕੋਈ ਗੋਲੂ ਕਹਿੰਦਾ ਹੈ। ਸਾਹਮਣੇ ਵੇਖਦਾ ਵੀ ਭਿੰਡਰਾਂ ਵਾਲਾ ਨੌਜਵਾਨ ਇਸ ਵੇਲੇ ਬੱਬੂ ਬਲਜਿੰਦਰੇ ਦੇ ਪਿੰਡ ਦਾ ਸ਼ੀਰੇ ਭਿੰਡਰ ਦੀ ਗੱਲ ਹੋਈ। ਬੰਤੇ ਭਿੰਡਰੋਣੀ ਕਹਿੰਦੇ ਇਹ ਹੈ ਚਰਨੇ ਭਿੰਡਰਾਂ ਵਾਲੇ ਦਾ ਪੁੱਤਰ ਇਸ ਵੇਲੇ ਤੁਹਾਡੇ ਸਾਹਮਣੇ ਰਮਨਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਬਿੱਲਾ ਭਿੰਡਰਾਂ ਵਾਲਾ ਜਦੋਂ ਮੈਟਰੋ ਨੇ ਪਹਿਲਾ ਕੱਪ ਕਰਵਾਇਆ ਟੋਰਾਂਟੋ ਦੇ ਵਿੱਚ ਮੇਰੇ ਵੀਰੋ, ਉਸ ਕੱਪ ਦਾ ਜਿਹੜਾ ਬੈਸਟ ਰਿਹਾ। ਲਓ ਇਸ ਵੇਲੇ ਰਮਨਾ ਭਿੰਡਰਾਂ ਵਾਲਾ ਕਬੱਡੀ ਪਾ ਰਿਹਾ। ਲੱਖਾ ਸਾਫੂ ਵਾਲੇ ਦਾ ਫੜਿਆ ਹੋਇਆ ਗੁੱਟ, ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਬੱਲੇ 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 ਹੋ ਕਿ ਨਹੀਂ, ਪਰ ਪੁਆਇੰਟ ਜਿਹੜਾ ਧਾਵੀਦ ਹੈ, ਪੁਆਇੰਟ ਜਿਹੜਾ ਇਸ ਲਈ ਰਮਨੇ ਭਿੰਡਰਾਂ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਿਆ। ਫਤਿਹਗੜ੍ਹ ਕੋਰੋਟਾਣਾ ਤੇ ਸਲੀਣਾ ਪਹੁੰਚ ਗਈਆਂ ਜੀ, ਦੋਨੋਂ ਨਹੀਂ ਆਈਆਂ ਮੇਰਾ ਖਿਆਲ। ਹੱਥ ਖੜਾ ਕਰਦਿਆ ਕਰੋ ਕਬੱਡੀ ਵਾਲਿਓ, ਸਾਰੀ ਆਵਾਜ਼ ਸੁਣ ਜਾਂਦੀ ਆ। ਸੁਣ ਕੇ ਅਣਸੁਣਿਆ ਨਾ ਕਰਿਆ ਕਰੋ, ਇਹ ਤੁਹਾਡੇ ਲਈ ਉਹ ਕਰਦੇ ਆ, ਪਲੀਜ਼ ਬੇਨਤੀ ਹੈ। ਲਓ ਗੋਰਾ ਇਸ ਵੇਲੇ ਡੱਕਿਆ ਗਿਆ, ਬਿੱਲੇ ਗਗੜੇ ਵਾਲੇ ਨੇ ਜੱਫਾ ਲਾਇਆ। ਸਿੱਖੀ ਸਰੂਪ ਦੇ ਵਿੱਚ ਨੌਜਵਾਨ ਵਾਧਾ ਹੋਇਆ ਹੈ। ਇਹ ਹੈ ਇੰਦਗੜ ਪਿੰਡ ਦਾ ਮੇਰੇ ਵੀਰੋ, ਨਿੰਦੂ ਇੰਦਗੜੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਅਗਲਾ ਮੁਕਾਬਲਾ ਫਤਿਹਗੜ੍ਹ ਕੋਰੋਟਾਣਾ ਤੇ ਸਲੀਣਾ ਚੂੜ ਚੱਕ ਤੇ ਖੁਖਰਾਣਾ। ਸਾਡੇ ਲਖਵੀਰ ਮੋਠਾਂ ਵਾਲੀ ਬਾਈ ਜੀ, ਜਿੰਨੇ ਜੱਫੇ ਭਿੰਡਰਾਂ ਵਾਲਾ ਰਾਜੂ ਲਊਗਾ ਉਹਨੇ 100 ਰੁਪਏ ਭਿੰਡਰਾਂ ਵਾਲੇ ਰਾਜੂ ਦੇ ਲਈ, ਸਾਡੇ ਵੀਰ ਲਖਵੀਰ ਮੋਠਾਂ ਵਾਲੀ ਦੇ ਜੋ ਸਾਹਿਬ। ਖੇਡ ਮੈਦਾਨ ਦੇ ਵਿੱਚ ਗੋਲੂ ਪੰਜ ਗਰਾਈ ਵਾਲਾ ਮੇਰੇ ਵੀਰੋ, ਥੱਬੇ ਥੱਬੇ ਦੇ ਪੱਟ ਨੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਤੇ ਰਾਜੂ ਭਿੰਡਰਾਂ ਵਾਲਾ ਫੜਿਆ ਹੋਇਆ ਗੁੱਟ, ਲੱਗਦੀ ਹੋਈ ਕੈਂਚੀ, ਮੈਨੂੰ ਲੱਗਦਾ ਵੀ ਹੁਣ ਗੱਲ ਕਸੂਤੀ ਜਾਪਦੀ ਹੈ। ਜੇ ਜੱਫਾ ਵਧੀਆ ਲੱਗਿਆ ਤਾਂ ਤਾੜੀ ਜ਼ਰੂਰ ਮਾਰ ਦਿਓ ਮੇਰੇ ਵੀਰੋ ਇਸ ਕਬੱਡੀ ਖਿਡਾਰੀ ਦੇ ਲਈ। ਸਿਰੇ ਦੇ ਮੁਕਾਬਲੇ ਅੱਜ ਸਾਫੂ ਵਾਲੇ ਪਿੰਡ ਦੇ ਵਿੱਚ ਜਿਹੜੇ ਖੇਡੇ ਜਾ ਰਹੇ ਹੈ, ਇਹ ਦੂਜੇ ਰਾਊਂਡ ਦਾ ਤੀਜਾ ਮੈਚ ਜਿਹੜਾ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਤੇ 4:26 ਦਾ ਜਿਹੜਾ ਸਮਾਂ ਹੈ ਉਹ ਹੋ ਚੁੱਕਿਆ ਹੈ। ਰਮਨਾ ਭਿੰਡਰਾਂ ਵਾਲਾ ਕਬੱਡੀ ਪਾ ਰਿਹਾ ਹੈ, ਸਾਹਮਣੇ 4 ਜਾਫੀ ਬਿਲਕੁਲ ਤਿਆਰ ਵਰ ਤਿਆਰ ਨੇ ਪੰਜ ਗਰਾਈ ਦੀ ਟੀਮ ਦੇ, ਜਿੱਥੋਂ ਦਾ ਇੰਦਰ ਮਹਾਨ ਕਬੱਡੀ ਖਿਡਾਰੀ ਹੋਇਆ ਹੈ। ਤੇ ਗੁਰਜੀਤ ਸਿੰਘ ਜੀ ਕੀ ਫੈਸਲਾ ਕਰਨਗੇ ਲੰਗੇ ਆਣੇ ਵਾਲੇ? ਹਾਂਜੀ ਪੁਆਇੰਟ ਸਟਾਪਰ ਜੀ, ਨੂਰ ਸਟੂਡੀਓ ਬਾਈ ਜੀ ਸਟੇਜ ਕੋਲ ਆ ਜਾ ਕਰਾਂ।
ਲਓ ਕੋਰਾ ਮੇਰੇ ਵੀਰਿਓ ਇਸ ਵੇਲੇ ਪੰਜ ਗ੍ਰਾਈ ਪਿੰਡ ਦਾ ਨੌਜਵਾਨ ਲਾਲ ਰੰਗ ਦੀ ਨਿੱਕਰ ਪਾਈ ਹੋਈ ਹੈ ਕਿ ਰਣ ਜਿੱਤਣ ਨੂੰ ਸੂਰਮਾ ਲੋਕੋ ਹਰਦਮ ਰਹੇ ਤਿਆਰ ਪਰ ਇਹ ਹੈ ਕਹਿੰਦੇ ਬੱਬੂ ਭਿੰਡਰਾਂ ਵਾਲਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਹੈ ਬੱਬੂ ਭਿੰਡਰਾਂ ਵਾਲੇ ਦਾ ਕਹਿੰਦੇ ਜੱਫਾ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਜੱਗੇ ਇਟਲੀ ਵੱਲੋਂ ਭਿੰਡਰਾਂ ਦੀ ਟੀਮ ਦੇ ਲਈ 500 ਰੁਪਏ ਦੇ ਮਾਨ ਸਨਮਾਨ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਖੋ ਪ੍ਰਵਾਸੀ ਆਉਂਦੇ ਹੈ ਕਬੱਡੀ ਦਾ ਕਰਜ਼ ਉਤਾਰਨ ਦੇ ਲਈ ਜਿਹੜੇ ਨਹੀਂ ਆਉਂਦੇ ਉਹ ਪੈਸੇ ਭੇਜਦੇ ਨੇ ਮੇਰੇ ਵੀਰੋ ਸਾਰਿਆਂ ਦਾ ਧੰਨਵਾਦ ਹੈ ਫਿਰ ਖਿਡਾਰੀਆਂ ਦਾ ਵੀ ਮਾਣ ਕਰਦੇ ਹੈ ਔਰ ਵੇਖਦੇ ਹਾਂ ਵੀ ਸੂਬਾ ਜੀ ਕੀ ਫੈਸਲਾ ਹੈ ਪੁਆਇੰਟ ਜਿਹੜਾ ਸਟਾਪਰ ਦਾ ਹੈ ਹੁਣ ਜਦੋਂ ਰੇਡਰ ਹੀ ਕਹਿੰਦੇ ਡਬਲ ਦੇ ਮਾਈਂਡ ਡਬਲ ਕਰਨ ਦੇ ਮਾਈਂਡ 'ਚ ਹੋਵੇ ਦਿਮਾਗ 'ਚ ਡਬਲ ਹੀ ਕਰਨਾ ਫਿਰ ਉਹ ਰੈਫਰੀ ਦੀ ਕੀ ਕਰੂ ਹੈਲੋ ਹਾਂਜੀ ਕਬੱਡੀ ਖਿਡਾਰੀ ਨਾਰਾ ਬਘੇਲੇ ਵਾਲਾ ਇਹਨਾਂ ਨੂੰ ਸੁੱਖਾ ਸਿੱਧੂ ਗੁਰਪ੍ਰੀਤ ਬਾਠ ਬੱਬਾ ਸੰਧੂ ਕਨੇਡਾ ਅਤੇ ਪਵਿੱਤਰ ਸੰਧੂ ਬਹਿਰੀਨ ਗੁਰਜੰਟ ਆਸਟ੍ਰੇਲੀਆ ਧਵਨਪ੍ਰੀਤ ਬਰਾੜ ਪਿੰਡ ਬਘੇਲੇ ਵਾਲਾ ਉਹਨਾਂ ਵੱਲੋਂ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਜੀ ਨਾਰਾ ਬਘੇਲਿਆਂ ਨੂੰ ਜੀ ਟੂਰਨਾਮੈਂਟ ਕਮੇਟੀ ਇਹਨਾਂ ਦਾ ਧੰਨਵਾਦ ਕਰਦੀ ਹੈ ਉਧਰ ਨਾਰੇ ਨੂੰ ਕਹਿੰਦੇ ਬੁਲਟ ਮੋਟਰਸਾਈਕਲ ਦੇ ਸਨਮਾਨ ਦਿੱਤੇ ਜਾ ਰਹੇ ਹੈ ਲੱਖਾ ਸਾਫੂ ਵਾਲੀ ਆ ਉਹ ਪਾ ਹੋਏ ਲੱਖਿਆ ਹੈ ਪਰ ਪੁਆਇੰਟ ਜਿਹੜਾ ਹੈ ਇਸ ਵੇਲੇ ਧਾਵੀ ਦਾ ਮੈਚ ਸਮਾਪਤ ਹੈ ਕੌਣ ਜਿੱਤਿਆ ਜੀ ਭਿੰਡਰਾਂ ਦੀ ਟੀਮ ਇਸ ਮੈਚ ਦੀ ਜੇਤੂ ਰਹੀ ਹੈ ਜੀ ਨੋਟ ਕਰ ਲਿਓ ਭਿੰਡਰਾਂ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ ਭਿੰਡਰਾਂ ਦੀ ਸਲੀਣਾ ਤੇ ਫਤਿਹਗੜ੍ਹ ਕੋਰੋਟਾਣਾ ਦਾ ਮੁਕਾਬਲਾ ਜਿਹੜਾ ਹੈ ਉਹ ਸ਼ੁਰੂ ਕਰਵਾ ਦਿਓ ਉਧਰ ਕਾਲਾ ਵੱਡੇ ਘਰ ਵਾਲਾ ਜਸਵੰਤ ਯੂਕੇ ਚਰਨਪ੍ਰੀਤ ਆਸਟ੍ਰੇਲੀਆ ਯੱਸਾ ਯੂਐਸਏ ਉਹਨਾਂ ਵੱਲੋਂ ਕਹਿੰਦੇ ਪਿੰਦੇ ਸਾਫੋ ਵਾਲੀਏ ਨੂੰ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਮੋਟਰਸਾਈਕਲ ਦੇ ਨਾਲ ਉਹ ਸਨਮਾਨ ਦਿੱਤੇ ਜਾਣਗੇ ਆਪਣੇ ਸੋ ਬੇਨਤੀ ਆ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਬਈ ਜਿਹੜਾ ਆਪਣਾ ਉਧਰ ਸਟੇਡੀਅਮ ਚ ਆਪਣੇ ਕੱਪ ਗਲਾਸ ਰੱਖੇ ਨਾ ਕਮੇਟੀ ਮੈਂਬਰਾਂ ਦੇ ਚਾਹ ਪੀਣ ਵਾਸਤੇ ਉੱਥੋਂ ਬਈ ਦਾਰੂ ਪੀਣ ਵਾਲੇ ਬੰਦੇ ਉੱਥੋਂ ਗਲਾਸ ਕੱਪ ਚੱਕੀ ਜਾਂਦੇ ਆ ਸਾਡੀ ਬੇਨਤੀ ਆ ਕਮੇਟੀ ਵੱਲੋਂ ਬਈ ਕੋਈ ਉੱਥੇ ਜਾ ਕੇ ਛੇੜਛਾੜ ਨਾ ਕਰੇ ਸਾਡੇ ਭਾਂਡਿਆਂ ਨਾਲ ਸੋਨਾ ਘੱਲ ਕਲਾ ਵਾਲਾ ਬਈ ਉਹ ਵੀ ਸਾਡੇ ਨਾਲ ਸਟੇਜ ਤੇ ਸੰਪਰਕ ਕਰੇ ਕਬੱਡੀ ਖਿਡਾਰੀ ਸੋਨਾ ਘਾਲੀ ਸਨਮਾਨ ਚਿੰਨ ਪ੍ਰਾਪਤ ਕਰਿਆ ਉਹਦਾ ਸੋਨਾ ਘਾਲੀ ਨਾਰੇ ਬਘੇਲੇ ਵਾਲੇ ਨੂੰ ਅੱਜ ਕਹਿੰਦੇ ਬੁਲਟ ਦਿੱਤਾ ਜਾ ਰਿਹਾ ਹੈ ਜਿਹੜੇ ਨਾਰੇ ਬਘੇਲੇ ਵਾਲੇ ਦੀ ਖੇਡ ਦੇ ਫੈਨ ਨੇ ਉਹ ਤਾੜੀ ਜ਼ਰੂਰ ਮਾਰ ਕੇ ਦੱਸਣਗੇ ਲੈ ਵੀ ਨਾਰੇ ਹੈ ਡਾਕਟਰ ਸਾਹਿਬ ਚਾਚਾ ਜੀ ਜਗਜੀਤ ਸਿੰਘ ਚਾਚਾ ਜੀ ਤੁਹਾਨੂੰ ਨਾ ਕੋਈ ਬਾਹਰ ਡਾਕਟਰ ਸਾਹਿਬ ਆਇਆ ਮਿਲਣ ਵੱਡੇ ਘਰ ਤੋਂ ਡਾਕਟਰ ਜਗਜੀਤ ਸਿੰਘ ਸਾਡੇ ਚਾਚਾ ਜੀ ਉਹਨਾਂ ਨੂੰ ਕੋਈ ਵੱਡੇ ਘਰ ਤੋਂ ਮਿਲਣ ਆਇਆ ਪਰਸਨ ਉਹਨਾਂ ਨਾਲ ਗੱਲ ਕਰਨ ਟਾਈਮ ਨਾ ਖਰਾਬ ਕਰੋ ਸਾਢੇ ਛੇ ਜਾਂ ਸੱਤ ਹੀ ਹੈ ਮੇਰੇ ਬਾਈ ਗਿਆਨੀ ਸਰਪੰਚ ਡਗਰੂ ਉਹਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜੋ ਆਪਣੀ ਟੀਮ ਦੇ ਨਾਲ ਸਾਡੇ ਅੱਜ ਖੇਡ ਮੇਲੇ ਦੇ ਵਿੱਚ ਪੁੱਜਿਆ ਗਿਆਨੀ ਸਰਪੰਚ ਨਾਲ ਨਾਰ ਸਿੰਘ ਬਘੇਲਾ ਉਹਦਾ ਮਾਣ ਸਨਮਾਨ ਹੋ ਰਿਹਾ ਹੈ ਨਾਲ ਹੀ ਅਗਲੀ ਬੇਨਤੀ ਕਬੱਡੀ ਖਿਡਾਰੀ ਸੋਨਾ ਘਾਲੀ ਉਹ ਵੀ ਬਾਈ ਸਾਡੇ ਕੋਲ ਗਰਾਊਂਡ ਦੇ ਵਿੱਚ ਪੁੱਜੇ ਜੋ ਕਿ ਉਹਦਾ ਵੀ ਸਾਫੂ ਵਾਲੀ ਹੈ ਧਨਵੰਤ ਵੱਲੋਂ ਮਾਣ ਸਨਮਾਨ ਕੀਤਾ ਜਾਣਾ ਹੈ ਸੋਨਾ ਕਬੱਡੀ ਖਿਡਾਰੀ ਘੱਲ ਕਲਾਂ ਉਹ ਸਾਡੇ ਕੋਲ ਗਰਾਊਂਡ ਦੇ ਵਿੱਚ ਪੁੱਜੇ ਉਹਦਾ ਮਾਣ ਸਨਮਾਨ ਕੀਤਾ ਜਾਣਾ ਸੋਨੇ ਘਾਲੀ ਦਾ ਇੱਕੋ ਮਿੰਟ ਲੈਣਾ ਤੁਹਾਡਾ ਸਲੀਣੇ ਦੀ ਟੀਮ ਪਹੁੰਚ ਚੁੱਕੀ ਆ ਖੇਤਾਂ ਵਾਲੀ ਸਾਈਡ ਤੇ ਪਿੰਡ ਵਾਲੀ ਸਾਈਡ ਫਤਿਹਗੜ੍ਹ ਕੋਰੋਟਾਣਾ ਮਾਈਕ ਓਵਰ ਟੂ ਸਟੇਜ ਹੋ ਗਿਆ ਜੀ ਸਨਮਾਨ ਹਾਂ ਕਰਵਾ ਦਿਓ ਨਾਰੇ ਦਾ ਕਹਿੰਦੇ ਬੁਲਟ ਦੇ ਨਾਲ ਸਨਮਾਨ ਕੀਤਾ ਗਿਆ ਚੂੜ ਚੱਕ ਪਹੁੰਚ ਗਈ ਤੇ ਹੱਥ ਕਿਹੜਾ ਕਰਿਓ ਖੁਖਰਾਣਾ ਭੂੰਦੜ ਦੇ ਵਕੀਲਾਂ ਵਾਲਾ ਵੀ ਗਰਾਊਂਡ ਦੇ ਲਾਗੇ ਆ ਜਾਣ ਭੂੰਦੜ ਤੇ ਵਕੀਲਾਂ ਵਾਲਾ ਇਹ ਟੀਮਾਂ ਨੂੰ ਮੇਰੀ ਬੇਨਤੀ ਲਓ ਨਾਰੇ ਦੇ ਲਈ ਇੱਕ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰੇ ਜਾਣੇ ਮੇਰੇ ਵੀਰੋ ਨਾਰਾ ਕਹਿੰਦੇ ਸਾਡੀ ਖੇਡ ਕਬੱਡੀ ਦਾ ਦੇਸੀ ਜਾਂ ਰੇਡਰ ਹੈ ਤੇ ਵੱਡੇ ਵੱਡਿਆਂ ਨੂੰ ਵਕਤ ਪਾ ਦਿੰਦਾ ਜਿਵੇਂ ਪਹਿਲੇ ਮੈਚ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਇਹ ਆ ਸਾਡੀ ਖੇਡ ਕਬੱਡੀ ਦਾ ਦੇਸੀ ਰੇਡਰ ਪਰ ਗੱਲਾਂ ਵੱਖਰੀਆਂ ਕਰਦਾ ਨਾਰੇ ਦਾ ਅੱਜ ਬੁਲਟ ਦੇ ਨਾਲ NRI ਭਰਾਵਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਇੰਨੀ ਸੰਗਤ ਦੇ ਵਿੱਚ ਮੋਟਰਸਾਈਕਲ ਮਿਲਣਾ ਇਹ ਵੱਡੀ ਗੱਲ ਹੈ ਉਹ ਵੀ ਬੁਲਟ ਮੋਟਰਸਾਈਕਲ ਮੇਰੇ ਵੀਰੋ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਪਿਆਰ ਦਾ ਤਾਂ ਘਸੋਨੀ ਬਹੁਤ ਹੁੰਦਾ ਹੈ ਇਹ ਤੇ ਫਿਰ ਵੀ ਮੇਰੇ ਵੀਰੋ 1,25,000 ਦਾ ਬੁਲਟ ਮੋਟਰਸਾਈਕਲ ਹੈ ਮਹਾਨ ਕਬੱਡੀ ਖਿਡਾਰੀ ਨਾਰੇ ਬਘੇਲੇ ਵਾਲੀਏ ਦਾ ਜਿਹੜਾ ਸਨਮਾਨ ਹੈ ਉਹ ਕੀਤਾ ਗਿਆ
सारे ने मैं किसे नु नहीं कहा भी ताड़ियां मार रही है, आप मुहारे ताड़ियां बज रही है, ये हुंदा सन्मान, ये हुंदियां निम्रता दी परख मेरे वीरो। आओ सारे ने निम्रता दी बाई जी, साडे सोना काली कबड्डी खिडारी उन्हां दा भी मोटरसाइकल ना साफ वाली है, धनवंत वालों जो मान सम्मान होना है वो साडे कोलों ग्राउंड तों आके अपना मान सम्मान प्राप्त करे। सोना काली कनेडा सोने घल कलां वाले का भी सम्मान किया जाना है, ते लोकां दा दुनिया दा कहिंदे सुपना है मेरे वीरो भी साडे कोले बुलेट होवे, हर एक दा सुपना है, नौजवान यंग जनरेशन दा भी जिहड़ा है सुपना है भी मेरे कोले बुलेट होवे, ते जिहनूं इन्नी दुनिया दे विच सम्मान दे विच बुलेट मिल जावे ते उह गल कहिंदे सोने ते सुहागे वाली हुंदी है। आओ सामने नौजवान फतेहगढ़ कोरो टाणे वाला जफा ला पाऊ के नहीं, ये समय की गल है मेरे वीरो, ते पॉइंट जिहड़ा इस वेले स्टॉपर दे हिस्से जा जुड़िया है। जेकर ड्रोली भाई जिहड़ा रेंपा जफा लाऊगा ਤਾਂ ਜਾਂਟੋ ਕੈਨੇਡਾ ਵੱਲੋਂ ਹਰ ਇੱਕ ਜੱਫੇ ਦਾ 500 ਰੁਪਇਆ। 13 ਮੈਚ ਜਿਹੜੇ ਆਹ ਰਾਉਂਡ ਦੇ ਖੇਡੇ ਜਾਣਗੇ, ਚੌਥੇ ਮੈਚ ਤੇ ਆਪਾਂ ਪਹੁੰਚ ਚੁੱਕੇ ਹਾਂ, 9 ਮੈਚ ਜਿਹੜੇ ਇਸ ਤੋਂ ਬਾਅਦ ਹੋਰ ਬਾਕੀ ਹੈ ਇਸ ਚੱਲਦੇ ਹੋਏ ਰਾਉਂਡ ਦੇ। ਆਓ ਬੜੇ ਫਸਵੇਂ ਮੁਕਾਬਲੇ ਖੇਡ ਮੈਦਾਨ ਦੇ ਵਿੱਚ ਖੇਡੇ ਜਾ ਰਹੇ ਹੈ। ਲਓ ਰਿੰਪਾ ਡਰੋਲੀ ਵਾਲਾ ਮੇਰੇ ਵੀਰੋ, ਡਰੋਲੀ ਦੀ ਧਰਤੀ ਵੀ ਕਹਿੰਦੇ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ। ਆ ਵੀ ਦਿਲਬਾਗ ਅੱਜ ਤੇਰੇ ਲਈ ਵੀ ਸਨਮਾਨ ਹੋਣਗੇ। ਲਓ ਵੇਖਦਾ ਚਰਨਾ ਕੈਨੇਡਾ ਵੱਲੋਂ ਇੱਕ ਸੋਨੇ ਦੇ ਜੱਫੇ ਦੇ 500 ਵੀ ਹੁਣ ਜੇ ਹੋਰ ਜੱਫਾ ਲਾ ਉਹਨਾਂ ਦਾ 1000 ਰੁਪਇਆ ਸੋਨਿਆ, ਦੂਜਾ ਰਿੰਪੇ 1000 ਰੁਪਇਆ ਹੋ ਗਿਆ। ਰਿੰਪੇ ਦੇ ਜੱਫੇ ਦਾ ਕਹਿੰਦੇ 1000 ਰੁਪਇਆ ਜਨਤਾ ਕੈਨੇਡਾ। ਲਓ ਰਿੰਪੇ ਦੇ ਇੱਕ ਜੱਫੇ ਦਾ ਕਹਿੰਦੇ 1000 ਰੁਪਈਏ ਦੇ ਨਾਲ ਮਾਨ ਸਨਮਾਨ ਹੋਵੇਗਾ, ਪਰ ਦੂਜੇ ਪਾਸੇ ਆਪਾਂ ਵੇਖੀਏ ਫੜੇ ਹੋਏ ਗਿੱਟੇ ਤੋਂ ਬਾਅਦ ਕਦੇ ਧੌਲ ਤੇ ਹੱਥ, ਫਿਰ ਕਹਿੰਦੇ ਗੁੱਟ ਤੇ ਭੱਜਾ ਮੁੰਡਾ ਭੱਜਾ ਜਾਂਦਾ ਹੈ। ਲੈ ਵੀ ਫਤਿਹਗੜ੍ਹੀਆ ਕੀ ਨਾਂ ਹੈ ਦੱਸੀ ਵੀ ਨੌਜਵਾਨਾਂ, ਇਹ ਹੈ ਪੀਤਾ ਮੇਰੇ ਵੀਰੋ। ਆਹ ਨੌਜਵਾਨਾਂ ਗੁੱਤ ਜੀ ਕਟਾਲਾ, ਇਹ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਨਹੀਂ ਸੋਹਣੀ ਲੱਗਦੀ, ਕਿਉਂਕਿ ਜਿੰਨੇ ਆਪਾਂ ਨਰਮ ਰਵਾਂਗੇ ਓਨਾ ਹੀ ਲੋਕ ਜਿਹੜੇ ਵੱਧ ਪਿਆਰ ਕਰਨਗੇ। ਮੈਨੂੰ ਪਤਾ ਵੀ ਦੋਦੇ ਵਾਲੇ ਨੇ ਵੀ ਇੱਦਾਂ ਰੱਖੀ ਸੀ। ਆਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਇਸ ਵੇਲੇ ਕਬੱਡੀ ਪਾਉਂਦਾ ਹੋਇਆ ਔਰ ਦੂਜੇ ਪਾਸੇ ਫੜਿਆ ਹੋਇਆ ਗੁੱਟ ਤੇ ਮੁਕਾਬਲਾ ਸਖਤ। ਲੈ ਵੀ ਪੀਤੇ ਇਸ ਨੌਜਵਾਨ ਦਾ ਨਾਂ ਦੱਸ ਵੀ ਕੀ ਹੈ, ਇਹ ਹੈ ਜਗਤਾਰ ਮੇਰੇ ਵੀਰੋ। ਫਤਿਹਗੜ੍ਹ ਦੀ ਟੀਮ ਕਹਿੰਦੇ ਨਵੀਂ ਟੀਮ ਹੈ ਤੇ ਬਹੁਤ ਸੋਹਣੀ ਪ੍ਰਦਰਸ਼ਨ, ਬਹੁਤ ਸੋਹਣਾ ਪ੍ਰਦਰਸ਼ਨ ਜਿਹੜਾ ਖੇਡ ਮੈਦਾਨ ਦੇ ਵਿੱਚ ਕਰ ਰਹੀ ਹੈ। ਲਓ ਪੁਆਇੰਟ ਜਿਹੜਾ ਇਸ ਵੇਲੇ ਸਟੋਪਰ ਦਾ, ਇਸ ਮੈਚ ਚੋਂ ਫਤਿਹਗੜ੍ਹ ਦੀ ਟੀਮ ਜਿਹੜੀ ਜੇਤੂ ਰਹੀ ਹੈ। ਲੈ ਵੀ ਪੀਤੇ ਗੁੱਸਾ ਨਾ ਕਰੀ ਮੇਰੇ ਵੀਰ, ਮੈਨੂੰ ਤੂੰ ਵਧੀਆ ਲੱਗਿਆ, ਜਿਹੜੇ ਦੂਜੀ ਟੀਮ ਨੇ ਬਾਈ ਆਪਾਂ ਰਵਿੰਦਰ ਜਿਹੜਾ ਬਈ ਇਧਰਲੇ ਪਾਸੇ ਹੁਣ ਜੱਫਾ ਲੱਗਾ ਜਾਫੀ ਨੂੰ 100 ਰੁਪਇਆ, ਠੀਕ ਹੈ ਜੀ, ਸੇਵ ਕੈਨੇਡਾ ਵੱਲੋਂ ਸਾਡੇ ਵੀਰ ਵੱਲੋਂ 100 ਰੁਪਇਆ। ਚੂੜ ਚੱਕ ਤੇ ਖੁਖਰਾਣਾ ਦੀਆਂ ਟੀਮਾਂ ਗਰਾਊਂਡ ਦੇ ਵੱਲ ਆ ਜਾਣ, ਚੂੜ ਚੱਕ ਤੇ ਖੁਖਰਾਣਾ ਮੇਰੇ ਵੀਰੋ। ਇੱਕ ਮੁੰਡਾ ਆਇਆ ਕਹਿੰਦੇ ਗਰਾਊਂਡ ਦੇ ਵਿੱਚ ਹੁਣ ਮੇਰੇ ਵੀਰੋ, ਜਿਹਨੇ ਕਹਿੰਦੇ 4 ਮੋਟਰਸਾਈਕਲ ਜਿੱਤ ਲਏ ਹੈ ਤੇ ਬੰਬੇ ਦੇ ਵਿੱਚ ਵੀ ਤਕੜਾ ਖੇਡ ਕੇ ਆਇਆ ਮੇਰੇ ਵੀਰੋ। ਲੈ ਵੀ ਜੋਤ ਹੱਥ ਕਿਹੜਾ ਕਰ ਵੀ ਜੋਤ ਭਿੰਡਰਾਂ ਵਾਲੇ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ। ਇਹ ਮੁੰਡਾ ਵੀ ਕਹਿੰਦੇ ਦੂਜਾ ਬਾਈ ਜੀ ਨੇ ਜੱਫਾ ਮਗਰੋਂ ਲਾਈ ਸੁੱਖ ਨੂੰ ਸਲੀਣੇ ਵਾਲੇ ਨੂੰ ਆਪਣੇ ਸਟੇਜ ਕੋਲੋਂ ਪੈਸੇ ਪ੍ਰਾਪਤ ਕਰ ਲਵੇ। ਲੈ ਰਿੰਪੇ ਉੱਤੇ ਜੋਤ ਵੀ ਕਹਿੰਦੇ ਜਹਾਜ਼ ਦੀ ਸੈਰ ਕਰ ਆਇਆ ਮੇਰੇ ਵੀਰੋ, ਜਹਾਜ਼ ਹੀ ਕਹਿੰਦਾ ਚੜ੍ਹਨਾ ਚਾਹੇ ਇੱਥੋਂ ਚੰਡੀਗੜ੍ਹੋਂ ਬੰਬਈ ਗਏ ਹੈ ਪਰ ਹੈ ਤਾਂ ਜਹਾਜ਼ ਹੀ ਹੈ ਨਾ। ਲੈ ਵੀ ਜੋਤ ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਜਾਵੇਂਗਾ ਤੇ ਜਦੋਂ ਇੰਗਲੈਂਡ ਜਾਵੇਂਗਾ। ਇਹਨਾਂ ਲੋਕਾਂ ਦੀਆਂ ਦੁਆਵਾਂ ਤੇਰੇ ਨਾਲ ਹੈ, ਤੂੰ ਸੋਹਣੀ ਖੇਡ ਖੇਡਦਾ ਹੈ, ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ। ਆਓ ਜੀ ਮੈਚ ਸ਼ੁਰੂ ਕਰਵਾ ਦਿਓ, ਚੂੜ ਚੱਕ ਵਰਸਜ ਖੁਖਰਾਣਾ। ਅਗਲਾ ਮੈਚ ਭਿੰਡਰ ਸੋਰੀ ਭੂੰਦੜ ਤੇ ਵਕੀਲਾਂ ਵਾਲਾ। ਲਓ ਜੋਤ ਭਿੰਡਰਾਂ ਵਾਲਾ ਮੇਰੇ ਵੀਰੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਉਧਰ ਸਾਹਮਣੇ 4 ਜਾਫੀ ਹੈ, ਜੋਤ ਅੱਜ ਕਹਿੰਦੇ ਖੁਖਰਾਣੇ ਦੀ ਟੀਮ ਵੱਲੋਂ ਖੇਡ ਰਿਹਾ ਹੈ। ਸੇਖੋ ਮੁਦਗੀ ਤੇ ਯੋਧੇ ਕੋਠੇ ਵਾਲੇ ਦੇ ਸੱਦੇ ਤੇ ਨੌਜਵਾਨ ਇਹ ਖਿਡਾਰੀ ਅੱਜ ਇਸ ਖੇਡ ਮੈਦਾਨ ਦੇ ਵਿੱਚ ਇਸ ਟੀਮ ਦੇ ਲਈ ਖੇਡਦਾ ਹੈ। ਲਓ ਚੂੜ ਚੱਕ ਬੰਤ ਗੋਲੂ ਦਾ ਪਿੰਡ ਹੈ, ਸਵਰਨੇ ਪਹਿਲੀ ਦਾ ਪਿੰਡ ਹੈ, ਦੁਨੀਆਂ ਦੇ ਮੰਨੇ ਪ੍ਰਮੰਨੇ ਖਿਡਾਰੀ ਕਹਿੰਦੇ ਚੂੜ ਚੱਕ ਨੇ ਪੈਦਾ ਕੀਤੇ ਹੈ। ਲਓ ਗਗਨ ਚੂੜ ਚੱਕੀ ਆ ਇਸ ਵੇਲੇ ਮੇਰੇ ਵੀਰੋ, ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ।
सामने खुखराने की टीम के चार प्लेयर ने मेरे वीरे चारां दे विचों कौन इस गबरू दे नाल मुकाबला करता है ते गगन चूड़ चक्की है इस वेले पॉइंट लैके वापस जाता होया लै भी जोत इस नौजवान का ना दस भी की है जिन्हें भी खुखराने वाले जफे लाउणगे हर एक जफे का कहिंदे 500 दे नाल सेखो मुदगी ते नाल कहिंदे योधे कोठे गुरु वाले वालों मान सन्मान किए जाएंगे लो वेखदा भी पॉइंट जिहड़ा इस वेले धावी के हिस्से जा जुड़िया भूंदड़ ते वकीलां वाला दोनों टीमां ग्राउंड के लागे आ चुकी हैं दोनों टीमों का बड़ा सिरे का मुकाबला उस तो बाद टीमा वाली ते माला कलां दी टीमों के दरमियान जिहड़ा मैच खेडा जाना है लो प्रीतम पुराने वाली है इस वेले मेरे वीरियो कबड्डी पाउण दे लई खेड मैदान दे विच वाधा होया कहिंदे सुखवीर चौहान ने लिखिया है कि खुच पटनी ते बड़ी औखी लाउणी है कबड्डी विच ढाक मित्रो दा मेहनतां दे नाल सब लगदे है खा के खुराक मित्रो दा मेहनतां दे नाल सब लगदे है खा के खुराक मित्रो थोड़ी ठंड है पर फिर भी कहिंदे आनंद माण रहे दर्शक वीर सारे का धन्यवाद 4:37 का समा दूजे राउंड का पांचवा मैच इस वेले खेड मैदान के खेडा जा रहा है चूड़ चक्की लै भी माणे की ना है इस गबरू का दसी ये है राजू चूड़ चक्की मेरे वीर अपनी टीम के लिए पॉइंट का वाधा करता होया राजू चूड़ चक पिंड का उधर पिथों वाला शीरा भी पुज गया जिन्हें कहिंदे 55 मोटरसाइकिल जिते एक बारी जोरदार ताड़ी मार दिओ पिथों वाले शीरे के नाते दुनिया का मन्या परमन्या मेरे वीर पंजाब की कहिंदे एक नंबर की टीम है भूंदड़ की वह अज साफू वाले दे विच खेड रही है मेरे वीरो समुची प्रबंधक कमेटी कहिंदे धन्नवाद कर रहे हैं जिहड़ा भी जोत नूं भिंडरां वाले नूं जफ्फा लाऊगा सेवक गिल साफू वाला ते जनता डोली उन्हां वालों 500 रुपया आऊगा जिहड़ा भी जफ्फा लाऊगा यह जोत भिंडरां वाला मेरे वीरो कमिकर औकड़ां वाले नूं माण है इस वेले देखदा है जोत नूं भी इस साल कहिंदे मोटरसाइकिल दिता जाणा भिंडरां दे मेले ते बलजिंदरे होणा वालों उन्हां दी हेज कबड्डी क्लब वालों आओ खेड मैदान दे विच आपां वेखीए अगली रेड गगन चूड़ चक्की आ मेरे वीरों गगन चूड़ चक्की दी पई हुई कबड्डी ते सिख सरदार गबरू करदा होया कोशिश जफ्फा लाउण दी सोना नौजन खुखराने वाला मेरे वीरों इस वेले इक जोर नाल जफ्फा ला पाऊ कि नहीं पर पॉइंट कहिंदे इस वेले धावी दे हिस्से जा जुड़िया है पॉइंट चूड़ चक दी टीम दे हिस्से जा जुड़िया है ढीमा वाली वर्सेज माला कलां दीआं टीमां तैयार वर तैयार होके ग्राउंड दे लागे आ जाण ढीमा वाली वर्षे माला कलां दीआं टीमां जल्दी दे नाल ग्राउंड दे लागे आ जाणगीआं बड़ी मेहरबानी होवेगी इन्हां टीमां दी लो माणा दौधर पिंड दा जफ्फा नहीं ला सकिआ ते पॉइंट खुखराणे दी टीम दे हिस्से जा जुड़िआ है अज दा टूरनामेंट जिथे पूरी दुनिया दे विच इंटरनैट दे जरिए कबड्डी 365.com ते दिखाया जा रिहा है ते उत्थे पूरे पंजाब दे विच कहिंदे केबल नैटवर्क दे जरिए इन्हां मैचों का आनंद आ जिहड़े साडे घरां दे विच बैठे भरा साडियां भैणां माईआं बीबियां वह भी आनंद माणदियां उन्हां दा भी बहुत बहुत धन्नवाद लो गगन ते सोना वाह ओए गबरू है लग्या पै चोर सिक्खी सरूप दे विच नौजवान खंडवाया हो टैटू जे जफ्फा लगू ते मेरे वीरो 500 रुपया इस नौजवान दे लई गुरप्रीत सेखो मुदगी ते योधा कोठा गुरु का यह नौजवान दे लई पुजदा करदे आ मैं समाप्त कौन जितया जी खुखराणा नोट कर लियो जी जेतू रही है खुखराणा दी टीम उधर कहिंदे कीपा भूंदड़ वाला पिथों वाला शीरा जकी भूंदड़ घोनी राणी वाली आ सोनी वकीलां वाले दा सुख हरदासे दा ते नाल कहिंदे मेरे वीरो भाई जी आ साडे सीपा कनेडा भाई 100 रुपया खखराने वाला जिहड़ा उह ज्ञानी भाई खेडदा उहदे लई आ साडे कोलों स्टेज ते प्राप्त कर लवे भाई आ खखराने वाला ज्ञानी भाई जाफी 10:30 कबड्डियां होणगीआं भाई इस मैच दीआं 10:30 मूह स्प्रे ग्राउंड दे विच पुजदी कर दिओ जी मूह स्प्रे 10:30 या 11 पॉइंट इस मैच दे होणगे अगला मैच ढीमा वाली ते माला कलां ढीमा वाली ते माला कलां दीआं टीमां जिहड़ीआं अगले मैच लई ग्राउंड दे विच आ जाण बड़ी मेहरबानी होवेगी ठीक है गगन मूह स्प्रे प्लीज ग्राउंड दे विच पुजदी कर दिओ मूह स्प्रे आ वीर जी भज के रेडा खुलियां के तीजी मानदा जी दस दिओ हां जी खुलियां कहिंदे जिहदे दम होऊगा उन्नी ए पालू ये भी गल सही है लो आ मुंडा मेरे वीरो जिन्हें कहिंदे 6 मोटरसाइकिल इस सीजन दे विच जिते है नौजवान जगी भूंदड़ वाला इस वेले कबड्डी पा रहा है
ਤੇ ਸਾਹਮਣੇ ਚਾਰ ਜਾਫੀ ਵੇਖਦਾ ਵੀ ਵਕੀਲਾਂ ਵਾਲੇ ਪਿੰਡ ਦੇ ਸੁੱਖ ਨੌਜਵਾਨ ਅੱਜ ਖੇਡਦਾ ਇਸ ਟੀਮ ਦੇ ਲਈ ਲਓ ਸੋਨੀ ਵਕੀਲਾਂ ਵਾਲੇ ਪਿੰਡ ਦਾ ਪਰ ਜੱਗੀ ਭੁੰਦੜ ਵਾਲਾ ਕਹਿੰਦੇ ਇਸ ਵੇਲੇ ਨੌਜਵਾਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਕੱਲ੍ਹ ਦੇ ਟੂਰਨਾਮੈਂਟ ਦਾ ਕਹਿੰਦੇ ਬੈਸਟ ਰਿਹਾ ਘੋਨੀ ਤੇ ਸ਼ੀਰਾ ਕਹਿੰਦੇ ਬੈਸਟ ਜਾਫੀ ਰਿਹਾ ਸ਼ੀਰੇ ਨੇ ਕੱਲ੍ਹ ਕਹਿੰਦੇ ਬੈਸਟ ਜਾਫੀ ਬਣ ਕੇ 21,000 ਰੁਪਇਆ ਜਿੱਤਿਆ ਤੇ ਨਾਲ ਕਹਿੰਦੇ ਇੱਕ ਪੇਟੀ ਨਾਰਾਂ ਦੀ ਜਿੱਤੀ ਹੈ ਆਇਆ ਦੁਨੀਆਂ ਦਾ ਮੰਨਿਆ ਪ੍ਰਮੰਨਿਆ ਖਿਡਾਰੀ ਸ਼ੀਰਾ ਪਿੱਥੋ ਵਾਲਾ ਵਾਹ ਹੋਏ ਸ਼ੀਰਾ ਚੌਹਾਨ ਪਰਿਵਾਰ ਦਾ ਸਾਰੀ ਟੀਮ ਹੀ ਕਹਿੰਦੇ ਧੰਨਵਾਦ ਕੈਨੇਡਾ ਵੱਲੋਂ ਕਬੱਡੀ ਖਿਡਾਰੀ ਵੱਲੋਂ ਸ਼ੀਰੇ ਨੂੰ 100 ਰੁਪਇਆ ਸ਼ੀਰਾ ਪਿੱਥੋ ਵਾਲੇ ਨੂੰ 100 ਰੁਪਇਆ ਧੰਨਵਾਦ ਕੈਨੇਡਾ ਵੱਲੋਂ ਸਾਰੀ ਟੀਮ ਹੀ ਕਹਿੰਦੇ ਭੁੰਦੜ ਦੀ ਚੌਹਾਨ ਮੇਰੇ ਵੀਰੋ ਗੋਤ ਨੂੰ ਬਿਲੋਂਗ ਕਰਦੀ ਹੈ ਤੇ ਸਿਰਫ ਇਕੱਲਾ ਘੋਨੀ ਨੌਜਵਾਨ ਮੱਲੀ ਪਰਿਵਾਰ ਦਾ ਇਸ ਵੇਲੇ ਪੁਆਇੰਟ ਲੈ ਕੇ ਸ਼ੇਰ ਸਿੰਘ ਦਾ ਪੁੱਤਰ ਪੁਆਇੰਟ ਲੈ ਕੇ ਵਾਪਸ ਗਿਆ ਲਓ ਅਗਲੀ ਰੇਡ ਵਕੀਲਾਂ ਵਾਲੇ ਦੀ ਟੀਮ ਵੱਲੋਂ ਨੌਜਵਾਨ ਇਸ ਵੇਲੇ ਪਾਉਣ ਦੇ ਲਈ ਵਾਧਾ ਹੋਇਆ ਤਾਰੀ ਵਕੀਲਾਂ ਵਾਲੀ ਆ ਕਬੱਡੀ ਪਾ ਰਿਹਾ ਆ ਜਾਫੀ ਦਾ ਕਹਿੰਦੇ ਗੁੱਟ ਫੜਨਾ ਲਓ ਵੀ ਹੁਣ ਲੱਗ ਗਏ ਜਿੰਦੇ ਮੇਰੇ ਵੀਰੋ ਰੋਪੜੀਆ ਜਿੰਦਾ ਮਸ਼ਹੂਰ ਹੈ ਅਲੀਗੜ੍ਹ ਦੇ ਜਿੰਦੇ ਵੀ ਬੜੇ ਮਸ਼ਹੂਰ ਨੇ ਪਰ ਬਗਾਨੇ ਪੁੱਤ ਜਿੰਦੇ ਖੋਲ ਦਿੰਦੇ ਨੇ ਮੇਰੇ ਵੀਰੋ ਪਰ ਕਹਿੰਦੇ ਜੱਫਾ ਲੱਗ ਗਿਆ ਜੇ ਜੱਫਾ ਵਧੀਆ ਲੱਗਿਆ ਕਿ ਤਾੜੀ ਜ਼ਰੂਰ ਮਾਰ ਦਿਓ ਮੇਰੇ ਵੀਰੋ ਇਹ ਹੈ ਕੀਪਾ ਭੁੰਦੜ ਵਾਲਾ ਮੰਨਿਆ ਪ੍ਰਮੰਨਿਆ ਜਾਫੀ ਸਾਡੀ ਖੇਡ ਸਰਦਾਰ ਅਮਨ ਸਿੰਘ ਸਰਪੰਚ ਲੰਗੀਆਣਾ ਉਹ ਵੀ ਸਾਡੇ ਦਰਮਿਆਨ ਪੁੱਜਿਆ ਸੋ ਟੂਰਨਾਮੈਂਟ ਪ੍ਰਬੰਧਕ ਕਮੇਟੀ ਅਮਨ ਸਿੰਘ ਲੰਗੀਆਣਾ ਸਰਪੰਚ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਢੀਮਾ ਵਾਲੀ ਤੇ ਮਾਲਾ ਪਹੁੰਚ ਗਈਆਂ ਜੀ ਢੀਮਾ ਵਾਲੀ ਤੇ ਮਾਲਾ ਦੋਨੋਂ ਆ ਗਈਆਂ ਢੀਮਾ ਵਾਲੀ ਆ ਗਈ ਬਾਈ ਜੀ ਮਾਲਾ ਆ ਗਈ ਮਾਲਾ ਮਾਲਾ ਨਹੀਂ ਆਈ ਢੀਮਾ ਵਾਲੀ ਮੈਨੂੰ ਲੱਗਦਾ ਪਹੁੰਚ ਚੁੱਕੀ ਹੈ ਢੀਮਾ ਵਾਲੀ ਦੀ ਟੀਮ ਲਓ ਇਹ ਹੈ ਮਹਾਨ ਕਬੱਡੀ ਖਿਡਾਰੀ ਸੁੱਖ ਹਰਦਾਸੇ ਵਾਲਾ ਮੇਰੇ ਵੀਰੋ ਪਰ ਪੁਆਇੰਟ ਵਕੀਲਾਂ ਵਾਲੇ ਦੀ ਟੀਮ ਦੇ ਹਿੱਸੇ ਜਾ ਜੁੜਿਆ ਆ ਵੀ ਦਿਲਬਾਗ ਅਗਲੇ ਮੈਚ ਦੇ ਲਈ ਨੌਜਵਾਨਾਂ ਤੂੰ ਵੀ ਖੇਡ ਮੈਦਾਨ ਦੇ ਵਿੱਚ ਆ ਦਿਲਬਾਗ ਬਰਾੜ ਸਾਡਾ ਵੀਰ ਗੱਜਣ ਵਾਲੀ ਆ ਜਿਹਨੂੰ ਕਹਿੰਦੇ ਸੋਨੀ ਬਰਾੜ ਕੈਨੇਡਾ ਵੱਲੋਂ ਆਉਣ ਵਾਲੇ ਕੋਟਲੇ ਮੇਹਰ ਸਿੰਘ ਵਾਲੇ ਦੇ ਕਬੱਡੀ ਕੱਪ ਤੇ ਬੁਲਟ ਮੋਟਰਸਾਈਕਲ ਦੇ ਮਾਣ ਸਨਮਾਨ ਦਿੱਤੇ ਜਾਣਗੇ ਉਹ ਵੀ ਸਾਡਾ ਵੀਰ ਰੋਡਿਆਂ ਵਾਲਾ ਬੈਠਾ ਆਨੰਦ ਮਾਣਦਾ ਹੈ ਕੈਨੇਡਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਹੈ ਲਓ ਤਾਰੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਸਿਰੇ ਦਾ ਮੁਕਾਬਲਾ ਦੋਨੋਂ ਟੀਮਾਂ ਦਾ ਖੇਡਿਆ ਜਾ ਰਿਹਾ ਹੈ ਭੁੰਦੜ ਤੇ ਕਹਿੰਦੇ ਵਕੀਲਾਂ ਵਾਲੇ ਦਾ ਇਸ ਵੇਲੇ 6ਵਾਂ ਮੈਚ ਦੂਜੇ ਰਾਊਂਡ ਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਦੂਜਾ ਰਾਊਂਡ ਚੱਲਦਾ ਹੋਇਆ ਹੈ 4:44 ਦਾ ਜਿਹੜਾ ਸਮਾਂ ਉਹ ਹੋ ਚੁੱਕਾ ਹੈ ਸਹੀ ਢੰਗ ਦੇ ਨਾਲ ਹੁਣ ਤੱਕ ਜਿਹੜੇ ਮੈਚ ਹੈ ਉਹ ਖੇਡ ਮੈਦਾਨ ਅੰਦਰ ਖੇਡੇ ਜਾ ਰਹੇ ਹੈ ਤੇ ਜੱਗੀ ਭੁੰਦੜ ਦਾ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਅਮਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਲੰਗਿਆਣੇ ਵਾਲਾ ਸਾਡਾ ਵੀਰ ਅਚੇਚੇ ਤੌਰ ਤੇ ਪੁੱਜਾ ਹੋਇਆ ਹੈ ਅੱਜ ਦਾ ਟੂਰਨਾਮੈਂਟ ਕਬੱਡੀ 365.com ਕਬੱਡੀ 365 ਸਾਡੇ ਦਰਮਿਆਨ ਉੱਤਮ ਗਿੱਲ USA ਨਾਲ ਦੇਵ ਗਿੱਲ ਤੇ ਨਾਲ ਸਾਡਾ ਹੰਸਾ ਬਰਾੜ ਵਾੜੇ ਦਰਾਕੇ ਤੋਂ ਸਾਡੇ ਵੀਰ ਪੁੱਜੇ ਆ ਸੋ ਸਾਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਇਹਨਾਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੀ ਆ ਸਾਡਾ ਵੀਰ ਦੇਵ ਗਿੱਲ ਨਾਲ ਉੱਤਮ USA ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਸਾਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਢੀਮਾ ਵਾਲੀ ਤੇ ਮਾਲਾ ਹਿੰਮਤਪੁਰਾ ਤੇ ਦੀਨਾ ਸਾਹਿਬ ਬਾਬਾ ਭਗਵਾਨ ਦਾਸ ਕਲੱਬ ਲੰਡੇ ਤੇ ਪਰਮੇਸ਼ ਦਾਸ ਹੈ ਜੀ ਪਰਮੇਸ਼ ਦਾਸ ਤਾਜਪੁਰ ਰਾਮਨਗਰ ਸੌਕੇ ਤੇ ਭਗਤਾ ਭਾਈਕਾ ਬਰੀਵਾਲਾ ਤੇ ਰਣਸੀ ਖੁਰਦ ਕੋਟਲਾ ਖੋਸਾ ਨੂਰ ਡਿਜੀਟਲ ਸਟੂਡੀਓ ਵਾਲੇ ਵੀ ਸਾਡੇ ਦਰਮਿਆਨ ਪੁੱਜਣ ਬਾਈ ਜੀ ਮਾਣ ਸਨਮਾਨ ਕਰ ਰਹੇ ਆ ਲਓ ਸ਼ੀਰਾ ਪਿੱਥੋ ਵਾਲਾ ਮੇਰੇ ਵੀਰੋ ਵਾਹ ਹੋਏ ਨੌਜਵਾਨਾਂ ਨਹੀਂ ਰੀਸਾਂ ਸ਼ੀਰੇ ਦਾ ਕਹਿੰਦੇ ਜੱਫਾ ਮੈਚ ਸਮਾਪਤ ਭੁੰਦੜ ਦੀ ਟੀਮ ਨੋਟ ਕਰ ਲਿਓ ਜੇ ਤੁਰੀ ਆ ਭੁੰਦੜ ਆ ਸ਼ੀਰੇ ਪਿੱਥੋ ਵਾਲੇ ਦਾ ਵੀਰੇ ਦਾ 100 ਰੁਪਇਆ ਸਾਡੇ ਕੋਲੇ ਪੁੱਜਿਆ ਵਾ ਧੰਵੰਤ ਕੈਨੇਡਾ ਵੱਲੋਂ ਸਾਡੇ ਕੋਲੋਂ ਸਟੇਜ ਤੋਂ ਪ੍ਰਾਪਤ ਕਰ ਲੈਣ ਢੀਮਾ ਵਾਲੀ ਤੇ ਮਾਲਾ ਗਰਾਊਂਡ ਦੇ ਵਿੱਚ ਆ ਜਾਣ ਢੀਮਾ ਵਾਲੀ ਤੇ ਮਾਲਾ ਦਿਲਬਾਗ ਬਰਾੜ ਜੀ ਉਹ ਵੀ ਖੇਡ ਮੈਦਾਨ ਦੇ ਵਿੱਚ ਆਉਣਗੇ ਦਿਲਬਾਗ ਸਰਦਾਰ ਦੇਵ ਸਿੰਘ ਗਿੱਲ USA ਨਾਲ ਉੱਤਮ ਗਿੱਲ ਸਾਡਾ ਵੀਰ ਨਾਲ ਸਤਿੰਦਰਪਾਲ ਇਹਨਾਂ ਵੀਰਾਂ ਦਾ ਸਾਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਤਹਿ ਦਿਲੋਂ ਧੰਨਵਾਦ ਕਰਦੀ ਆ ਦੇਵ ਸਿੰਘ ਗਿੱਲ ਨਾਲ ਉੱਤਮ ਗਿੱਲ ਇਹਨਾਂ ਵੀਰਾਂ ਵੱਲੋਂ ਸਾਨੂੰ ਮਾਇਆ ਦੇ 11,000 ਰੁਪਏ ਦੇ ਗੱਫੇ ਆਏ ਆ ਸੋ ਟੂਰਨਾਮੈਂਟ ਪ੍ਰਬੰਧਕ ਕਮੇਟੀ ਇਹਨਾਂ ਦਾ ਮਾਣ ਸਨਮਾਨ ਕਰਨ ਜਾ ਰਹੀ ਹੈ ਨਾਲ ਹੀ ਤਹਿ ਦਿਲੋਂ ਧੰਨਵਾਦ ਕਰਦੀ ਆ ਟੂਰਨਾਮੈਂਟ ਪ੍ਰਬੰਧਕ ਕਮੇਟੀ ਇਹਨਾਂ ਦਾਨੀ ਸੱਜਣਾ ਦਾ ਹੈਲੋ ਢੀਮਾ ਵਾਲੀ ਵਰਸੀ ਮਾਲਾ ਕਲਾ
इस तो बाद हिम्मतपुरा ते दीना साहब लंडे ते ताजपुर भाई जी सोना कबड्डी खिडारी ओ भी आ खड़ा भाई सोना कबड्डी खिडारी जो के घर लगना ओदा मोटरसाइकिल नाल मान सम्मान किया जाना ओ भी साडे दरम्यान पहुंच गया साडा वीर जिन्हिया भी टीम पुज रही है सारी टीमों के टास्क करवाई जा रही है जी टास्क करवाई जा रही है सारे टीमों के प्लेयर साहबान नोट करे मेरे वीर हूँ जोड़ा मैच है टीम वाली तो माले कला दीमों के दरम्यान है माले की टीम खेतों वाले पासे है तो दूजे पासे टीम जी टीम वाली पिंड की है मंदर होना का जगदीप होना का पिंड है भुट्टो होनी जिस पिंड कबड्डी के स्टार है इधरले पासे देखो नौजवान टीम वाली पिंड का कबड्डी पा रहा है तो चार जापी है माला कला पिंड है शहीद सूबेदार जोगिंदर सिंह जी परमवीर चक्र के विजेता का नगर है तो पॉइंट जिहड़ा इस ने सदे वाली है बूटे ने अपनी टीम के हिस्से जोड़ दिता है इधरले पासे है नौजवान दलजीत सिंह बाडी मेरे पंजाबी वीरो माले वाला इस समय कबड्डी पा रहा है यह भी नौजवान कहते अलबत्ता के खेल मैदानों के खेलते हैं कनेडा के खेल मैदानों के दलजीत सिंह माले वाले की भाई सिंह कबड्डी है तो दूजे पासे नौजवान टीमा वाले पिंड का है तो पॉइंट जिहड़ा अपनी टीम के हिस्से दलजीत ने जोड़ दिता है उधर कहते कल्ला वाले सोने का अज तलवंत के वालों मोटरसाइकिल के नाल मान सम्मान किया जा रहा है तलवंत इस नगर का नौजवान कनेडा के जा वसया है कबड्डी का स्टार है इधरले पासे देखो हुण नौजवान कविता माले वाला जफा लाता होया खेल मैदान के विच दे पॉइंट जिहड़ा है यह नौजवान धाबी के हिस्से जुड़ता होया है इस तो अगला मैच हिम्मतपुरा ते दीना साहब हां जी सोना काली कनेडा सोना काली कबड्डी खिडारी तरवंत कनेडा वालों उस वीर का भी मोटरसाइकिल नाल मान सम्मान किया जा रहा है सोने नूं चाबियां तकसीम कीतियां जा रही है तरवंत दे डैडी जी इख्तियार सिंह जी गिल चाबियां तकसीम कर रहे हैं तरवंत दे वालों अज मोटरसाइकिल जिहड़ा अपने यार सोने नूं दिता जा रहा है इधरले पासे वेखो यह है नौजवान शेरा सनेरा वाला उधर सोना लै भी सोने मुबारकबाद है नौजवान तेनों उधर तलवंत ने भी कहते यार पवाइया है इधरले पासे एक चक्कर ग्राउंड का जरा लगेगा तो मेरी बेनती है पूजी हुई संगत को सारे ने तारिया के नाल मान सम्मान करना है इधरले पासे सदे वाली पूरी कोशिश करना है तो पॉइंट जरा टीमा वाली के हिस्से जुड़ता है हिम्मतपुरा दीना साहब हिम्मतपुरा दीना साहब लंडे ते ताजपुर रामनगर के भगता भाई बरी वाले का मैच रणसी खुरद के खेडे जा रहा है इधर मेरी बेनती है लै भी भाई ताड़िया के नाल स्वागत करना है मोटरसाइकिल का जिक्र ला रहा है नौजवान सोना कल्ला वाला दुनिया का प्रसिद्ध याफी है तो अब मोटरसाइकिल के नाल मान सम्मान जेड़े ये तलवंत के वालों किए गए हैं सोने के लिए भी मुबारकबाद है नौजवान घल कला वाला सोना अज मोटरसाइकिल के नाल मान सम्मान जेडे साफू वाली है तलवंत के वालों साफू वाले के कबड्डी टूरनामेंट है गेंदे होनी कैलगरी के बैठे इन मैचों का आनंद मान रहे हैं उधरले पासे गोरे होनी आस्ट्रेलिया के चरणप्रीत होनी देखते हैं भी सामने छम्मा माले वाला छम्मा माले वाला यह है माले वाला छम्मा मेरे पंजाबी वीरो इस समय ला जफा पॉइंट जरा अपनी टीम के हिस्से जोड़ना हुए है जे बूटा सदे वाली जफा लाऊ तो उन्होंने पिंड ही जसप्रीत सदे वाली वालों 100 रुपया दिता जाऊगा बूटे सदे वाले के लिए इधर सदे वाली बूटा जेकर जफा लाऊंगा साडे कबड्डी खिडारी अमृतपाल सिंह मोठा जिन्हों का गुरद्वारे प्रति भी बहुत ज्यादा प्रेम प्यार आ सो गुरद्वारा प्रबंधक कमेटी जो कि सत्कार कमेटी बनाई गई है उन्होंने वालों कबड्डी खिलाड़ी कमेटी के वालों मोठे साफू वाली का मान सम्मान किया जा रहा है साफू वाली है मोठा उस वीर का मान सम्मान जरा सत्कार कमेटी की तरफों किया जा रहा है लै भी मोठे मुबारकबाद है नौजवान ने सिखी स्वरूप भी धारण किया है तो अब मान सम्मान जरा पिंड के कबड्डी टूरनामेंट के विच है उधर प्रदीप टैड़ा पुजा होया है अमन बराड़ साड़ी जिंदगी का बड़ा सत्कार योग वीर है लंघियाला पिंड है वो भी विशेष तौर पर पुजे है इधर पई हुई कबड्डी शेरा सनेरा वाला
ਨੌਜਵਾਨ ਤੇ ਪੁਆਇੰਟ ਜਿਹੜਾ ਇਹ ਜਾਫੀਆਂ ਦੇ ਹਿੱਸੇ ਹੈ ਪੁਆਇੰਟ ਜਾਫੀਆਂ ਦੇ ਹਿੱਸੇ ਜਾ ਜੁੜਿਆ ਹੈ ਦੀਨਾ ਸਾਹਿਬ ਤੇ ਹਿੰਮਤਪੁਰੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਇਸ ਦੇ ਮੈਚਾਂ ਦੇ ਲਈ ਲੰਡੇ ਤੇ ਤਾਜਪੁਰ ਰਾਮਨਗਰ ਸੌਂਕੇ ਤੇ ਭਗਤਾ ਭਾਈ ਇਹ ਟੀਮਾਂ ਖੇਡ ਮੈਦਾਨ ਦੇ ਲਾਗੇ ਪੁੱਜਣਗੀਆਂ ਇੱਧਰ ਢੀਮਾਂ ਵਾਲੀ ਪਿੰਡ ਹੈ ਬਾਬੇ ਫਰੀਦ ਦੀ ਧਰਤੀ ਜਿਹੜਾ ਫਰੀਦਕੋਟ ਦਾ ਨਗਰ ਖੇਡਾ ਹੈ ਹਾਂਜੀ ਹੈਲੋ ਸਵਰਗਵਾਸੀ ਗੁਰਨਾਮ ਸਿੰਘ ਗਿੱਲ ਹਰਨਾਮ ਸਿੰਘ ਗਿੱਲ ਉਹਨਾਂ ਦੇ ਪਰਿਵਾਰ ਵੱਲੋਂ ਵੀ ਟੂਰਨਾਮੈਂਟ ਨੂੰ ਸਹਾਇਤਾ ਦਿੱਤੀ ਗਈ ਹੈ ਟੂਰਨਾਮੈਂਟ ਕਮੇਟੀ ਨੂੰ ਸਨਮਾਨ ਕਰਨ ਜਾ ਰਹੀ ਹੈ ਮਾਲਾ ਕਲਾਂ ਜਿੱਤ ਗਈ ਬਾਈ ਹਾਂਜੀ ਹਿੰਮਤਪੁਰਾ ਤੇ ਦੀਨਾ ਸਾਹਿਬ ਦੀਆਂ ਟੀਮਾਂ ਕਬੱਡੀ ਖਿਡਾਰੀ ਜੱਸਾ ਚੰਦ ਪੁਰਾਣਾ ਉਹ ਵੀ ਸਾਡੇ ਦਰਮਿਆਨ ਪੁੱਜਿਆ ਹੋਇਆ ਹੈ ਸਾਡੇ ਨਾਲ ਆ ਕੇ ਕਮੇਟੀ ਨਾਲ ਸਟੇਜ ਤੇ ਸੰਪਰਕ ਕਰੇ ਹਾਂਜੀ ਵਕੀਲ ਸਿੰਘ ਹੈਲੋ ਹਾਂਜੀ ਵਕੀਲ ਸਿੰਘ ਜੀ ਕੈਨੇਡਾ ਵਾਲੇ ਸਵਰਗਵਾਸੀ ਸੁਖਦੇਵ ਸਿੰਘ ਗਿੱਲ ਕੁਲਦੀਪ ਸਿੰਘ ਕੈਨੇਡਾ ਤੇ ਸੁਖਮੰਦਰ ਸਿੰਘ ਗਿੱਲ ਆਸਟ੍ਰੇਲੀਆ ਇਹਨਾਂ ਵੱਲੋਂ 60,000 ਰੁਪਇਆ ਟੂਰਨਾਮੈਂਟ ਨੂੰ ਦਿੱਤਾ ਗਿਆ ਟੂਰਨਾਮੈਂਟ ਕਮੇਟੀ ਨਾਲ ਤਹਿਤ ਧੰਨਵਾਦ ਕਰਦੀ ਆ ਤੇ ਹੁਣ ਸਨਮਾਨ ਚੰਦ ਦੇਣ ਜਾ ਰਹੀ ਆ ਜੀ ਹੈਲੋ ਅੱਜ ਜਿੱਥੇ ਨਾਰੇ ਦਾ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਇਆ ਪਹਿਲਾਂ ਟਰੋਲੀ ਭਾਈ ਦੇ ਕਬੱਡੀ ਟੂਰਨਾਮੈਂਟ ਦੇ ਵੀ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਇਆ ਇੱਧਰ ਸਾਡੇ ਵੀ ਦਲਜੀਤ ਸਿੰਘ ਜੀ ਧੂੜਕੋਟ ਤੇ ਸਰਬਾ ਧੂੜਕੋਟ ਤੇ ਅਮਰਾ ਧੂੜਕੋਟ ਅਗਲੇ ਸਾਲ ਧੂੜਕੋਟ ਰਸੀ ਦਾ ਜਿਹੜਾ ਕਬੱਡੀ ਟੂਰਨਾਮੈਂਟ ਹੋਵੇਗਾ ਨਾਰੇ ਦਾ ਐਲਈਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਤੇ ਉੱਧਰ ਸਾਡਾ ਵੀ ਰੂਪਾ ਯੂਐਸਏ ਵਾਲਾ ਕਹਿੰਦਾ ਵੀ ਨਾਰਾ ਜਿਹੜੇ ਵੀ ਕਬੱਡੀ ਟੂਰਨਾਮੈਂਟ ਤੇ ਕਹੇਗਾ ਇੱਕ ਬੁਲਟ ਮੋਟਰਸਾਈਕਲ ਨਾਰੇ ਬਘੇਲੇ ਵਾਲੇ ਨੂੰ ਦਿੱਤਾ ਜਾਵੇਗਾ ਨਾਰੇ ਦੇ ਲਈ ਵੀ ਮੁਬਾਰਕਬਾਦ ਹੈ ਇਧਰਲੇ ਪਾਸੇ ਹੈ ਧੱਲੇਕੇ ਵਾਲਾ ਮਨਦੀਪ ਸਿੰਘ ਮੇਰੇ ਪੰਜਾਬੀ ਦੇ ਸਮੇਂ ਕਬੱਡੀ ਪਾਉਂਦਾ ਹੋਇਆ ਹਿੰਮਤਪੁਰੇ ਦੀ ਟੀਮ ਦੇ ਵੱਲੋਂ ਹਾਂਜੀ ਸਵਰਗਵਾਸੀ ਸੁਰੈਣ ਸਿੰਘ ਦੇ ਪਰਿਵਾਰ ਵੱਲੋਂ 2100 ਰੁਪਇਆ ਟੂਰਨਾਮੈਂਟ ਦਿੱਤਾ ਗਿਆ ਜੀ ਇਹਨਾਂ ਦੇ ਪਰਿਵਾਰ ਨੂੰ ਟੂਰਨਾਮੈਂਟ ਕਮੇਟੀ ਸਨਮਾਨਿਤ ਕਰਨ ਜਾ ਰਹੀ ਹੈ ਸਵਰਗਵਾਸੀ ਸੁਰੈਣ ਸਿੰਘ ਦਾ ਪਰਿਵਾਰ ਹਿੰਮਤਪੁਰਾ ਤੇ ਦੀਨਾ ਸਾਹਿਬ ਇਸ ਤੋਂ ਬਾਅਦ ਮੇਰੀ ਬੇਨਤੀ ਹੈ ਲੰਡੇ ਤੇ ਤਾਜਪੁਰ ਉਸ ਤੋਂ ਬਾਅਦ ਰਾਮਨਗਰ ਤੇ ਭਗਤਾ ਭਾਈ ਬਰੀਵਾਲਾ ਤੇ ਰਣਸੀ ਖੁਰਦ ਖੋਸਾ ਕੋਟਲਾ ਤੇ ਸ਼ੂਸ਼ਕ ਦੀਆਂ ਟੀਮਾਂ ਅਗਲੇ ਮੈਚਾਂ ਦੇ ਲਈ ਖੇਡ ਮੈਦਾਨ ਦੇ ਲਾਗੇ ਪੁੱਜਣਗੀਆਂ ਇਧਰਲੇ ਪਾਸੇ ਵੇਖੋ ਇਹ ਹੈ ਨੌਜਵਾਨ ਦੀਨਾ ਸਾਹਿਬ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਅਗਲੀ ਕਬੱਡੀ ਭਾਰੀ ਭਰਮ ਜਿਹਾ ਸਰੀਰ ਹੈ ਨੌਜਵਾਨ ਗੱਭਰੂ ਨੇ ਹੁਣ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਵੇਖਾਂਗੇ ਹੁਣ ਚਾਰ ਜਾਫੀ ਹੈ